ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸਭ ਠੀਕ ਠਾਕ ਹੋ? ਅਤੇ ਆਪਾਂ ਗੱਲ ਕਰਾਂਗੇ ਓਇਲ ਯੂਜ਼ ਕਿਵੇਂ ਕਰਨਾ। ਇਹ ਇਕੱਲੀ ਆਪਾਂ ਗੱਲ ਕਰਾਂਗੇ ਕਿ ਓਇਲ ਮੈਂ ਹਰ ਜੀ 'ਤੇ ਹੁਣ ਇੱਕ ਇੱਕ ਵੀਡੀਓ ਕਰਕੇ ਬਣਾ ਕੇ ਪਾਊਂਗਾ ਕਿਵੇਂ ਯੂਜ਼ ਕਰਨਾ। ਫਿਲਹਾਲ ਆਪਾਂ ਹੁਣ ਗੱਲ ਕਰਾਂਗੇ ਓਇਲ ਤੁਸੀਂ ਆਪਣੀ ਦਾੜ੍ਹੀ ਮੁੱਛਾਂ 'ਚ ਕਿਵੇਂ ਯੂਜ਼ ਕਰਨਾ, ਲਾਉਣ ਦਾ ਤਰੀਕਾ ਕੀ ਹੈ, ਕਿਸ ਟਾਈਮ ਤੁਸੀਂ ਲਾਉਂਦੇ ਹੋ ਤਾਂ ਬੈਸਟ ਰਿਜ਼ਲਟ ਮਿਲਦਾ। ਇਹਨੂੰ ਲਾਉਣ ਦਾ ਤਰੀਕਾ ਨਾਈਟ ਨੂੰ, ਰਾਤ ਨੂੰ ਸੌਣ ਤੋਂ ਪਹਿਲਾਂ ਆਪਾਂ ਜੇਕਰ ਇਹਨੂੰ ਯੂਜ਼ ਕਰਦੇ ਹਾਂ ਤਾਂ ਬਹੁਤ ਵਧੀਆ ਰਿਜ਼ਲਟ ਮਿਲਦਾ, ਕਿਉਂਕਿ ਕੋਈ ਵੀ ਚੀਜ਼ ਜਦੋਂ ਆਪਾਂ ਨਾਈਟ ਨੂੰ ਯੂਜ਼ ਕਰਦੇ ਹਾਂ ਉਹਦਾ ਉਦੋਂ ਆਪਾਂ ਨੂੰ ਐਕਸਟਰਾ ਬੈਨੀਫਿਟ ਮਿਲਦਾ, ਕਿਉਂਕਿ ਬਾਡੀ ਰਿਲੈਕਸ ਹੁੰਦੀ ਹੈ, ਕਿਸੇ ਤਰ੍ਹਾਂ ਦੀ ਬੰਦੇ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਫਿਕਰ ਨਹੀਂ ਹੁੰਦੀ, ਤਾਂ ਇਹ ਚੀਜ਼ਾਂ ਪ੍ਰੋਪਰ ਵਧੀਆ ਤਰੀਕੇ ਨਾਲ ਆਪਦਾ ਕੰਮ ਕਰ ਸਕਦੀ ਹੈ। ਇਹਨੂੰ ਲਾਉਣਾ ਕਿਵੇਂ ਹੁੰਦਾ? ਸੌਣ ਤੋਂ ਪਹਿਲਾਂ ਜੇਕਰ ਤਾਂ ਤੁਸੀਂ ਕਿਸੇ ਮਿੱਟੀ ਧੂੜ ਘੱਟੇ 'ਚੋਂ ਆਏ ਹੋ ਜਾਂ ਦਾੜ੍ਹੀ 'ਚ ਮਿੱਟੀ ਮੁੱਟੀ ਹੈ ਜਾਂ ਕੁਛ ਵੀ, ਤੁਸੀਂ ਉਹਨੂੰ ਵਾਸ਼ ਕਰ ਲਓ, ਉਹਨੂੰ ਆਪਦਾ ਤੌਲੀਏ ਨਾਲ ਜਾਂ ਜਿਵੇਂ ਮਰਜ਼ੀ ਨੂੰ ਸੁਕਾ ਲਓ। ਜਦੋਂ ਚੰਗੀ ਤਰ੍ਹਾਂ ਸੁੱਕ ਜੇ, ਸੌਣ ਤੋਂ ਪਹਿਲਾਂ ਕਰਨਾ ਕੀ ਹੈ, ਸ਼ੀਸ਼ੀ ਖੋਲ੍ਹੀ, ਬੂੰਦਾਂ ਸੱਟੀਆਂ ਆਪਣੇ ਹੱਥ ਉੱਪਰ, ਉਹ ਕਿੰਨੀਆਂ ਬੂੰਦਾਂ ਲੈਣੀਆਂ ਇਹ ਡਿਪੈਂਡ ਕਰਦਾ ਕਿ ਤੁਹਾਡੀ ਬੀਅਰਡ ਦੀ ਗਰੋਥ ਕਿੰਨੀ ਕੁ ਹੈ। ਜੇ ਛੋਟੀ ਹੈ ਦਾੜ੍ਹੀ ਤਾਂ 5-4 ਬੂੰਦਾਂ ਵੀ ਬਹੁਤ ਨੇ, ਜੇ ਥੋੜ੍ਹੇ ਜ਼ਿਆਦਾ ਵਾਲ ਨੇ ਤਾਂ ਤੁਸੀਂ 10-15 ਡਰੋਪਸ ਤੱਕ ਵੀ ਲੈ ਸਕਦੇ ਹੋ। ਅਤੇ ਤੁਸੀਂ ਇਹਨੂੰ ਇਸ ਤਰ੍ਹਾਂ ਯੂਜ਼ ਕਰਨਾ, ਆਪਣੇ ਹੱਥ 'ਤੇ ਓਇਲ ਪਾਉਣਾ ਅਤੇ ਬਾਅਦ 'ਚ ਉਂਗਲਾਂ ਨਾਲ ਹਲਕੀ ਹਲਕੀ ਮਾਲਿਸ਼ ਕਰਨੀ ਹੈ ਦਾੜ੍ਹੀ 'ਚ, ਮੁੱਛਾਂ 'ਚ ਹਲਕੀ ਹਲਕੀ ਮਾਲਿਸ਼ ਕਰਨੀ ਹੈ। ਹਲਕੀ ਹਲਕੀ ਕਰਨੀ ਹੁੰਦੀ ਹੈ, ਬਹੁਤ ਜ਼ਿਆਦਾ ਰਗੜਨਾ ਨਹੀਂ ਹੁੰਦਾ, ਕਿਉਂਕਿ ਜਦੋਂ ਆਪਾਂ ਬਹੁਤ ਜ਼ਿਆਦਾ ਰਗੜਦੇ ਹਾਂ ਤਾਂ ਜੋ ਆਪਣੇ ਵਾਲ ਹੁੰਦੇ ਨੇ ਨਿੱਕੇ ਨਿੱਕੇ ਬਰੀਕ ਦਾੜ੍ਹੀ ਦੇ ਆ ਰਹੇ ਜਾਂ ਆਉਣ ਵਾਲੇ, ਤਾਂ ਉਹ ਰਗੜ ਖਾ ਕੇ ਟੁੱਟ ਜਾਂਦੇ ਨੇ ਅਤੇ ਉਹ ਗਰੋਥ ਨਹੀਂ ਹੋ ਪਾਉਂਦੇ ਫਿਰ। ਇਸ ਕਰਕੇ ਹਲਕੀ ਹਲਕੀ ਮਾਲਿਸ਼ ਕਰਨੀ ਹੁੰਦੀ ਹੈ। ਹਲਕੀ ਹਲਕੀ ਮਾਲਿਸ਼ ਕਰਕੇ ਜਦੋਂ ਇੱਕ ਦੋ ਮਿੰਟ ਪੋਲੀ ਪੋਲੀ ਮਾਲਿਸ਼ ਕਰੋਗੇ ਤਾਂ ਓਇਲ ਵਧੀਆ ਤਰ੍ਹਾਂ ਸਕਿਨ 'ਚ ਰਚ ਜਾਂਦਾ, ਆਪਣੇ ਵਾਲਾਂ ਨਾਲ ਲੱਗ ਜਾਂਦਾ। ਅਤੇ ਉਸ ਤੋਂ ਬਾਅਦ ਅਗਲੇ ਦਿਨ ਤੁਸੀਂ ਉੱਠ ਕੇ ਇਹਨੂੰ ਵਾਸ਼ ਕਰ ਸਕਦੇ ਹੋ। ਤੁਸੀਂ ਇਹਨੂੰ ਸਿੰਪਲ ਪਾਣੀ ਨਾਲ ਵੀ ਵਾਸ਼ ਕਰ ਸਕਦੇ ਹੋ ਜਾਂ ਤੁਸੀਂ ਕੋਈ ਸ਼ੈਂਪੂ ਫੇਸ ਵਾਸ਼ ਜਾਂ ਕੁਛ ਵੀ ਯੂਜ਼ ਕਰਦੇ ਹੋ ਤਾਂ ਤੁਸੀਂ ਉਹਦੇ ਨਾਲ ਵੀ ਇਹਨੂੰ ਵਾਸ਼ ਕਰ ਸਕਦੇ ਹੋ। ਬੈਸਟ ਤਰੀਕਾ ਇਹੀ ਹੈ ਕਿ ਸੌਣ ਤੋਂ ਪਹਿਲਾਂ ਇਹਨੂੰ ਯੂਜ਼ ਕਰੋ, ਨੈਕਸਟ ਡੇ ਇਹਨੂੰ ਵਾਸ਼ ਕਰੋ, ਰੈਗੂਲਰ ਯੂਜ਼ ਕਰੋ। ਗੈਪ ਚਲੋ ਇੱਕ ਅੱਧੇ ਦਿਨ ਦਾ ਪੈ ਜਾਂਦਾ ਵਿੱਚ, ਕੋਈ ਗੱਲ ਨਹੀਂ ਹੁੰਦੀ। ਇਵੇਂ ਨਾ ਕਰੋ ਕਿ ਇੱਕ ਦਿਨ ਲਾ ਲਿਆ, ਦੋ ਦਿਨ ਨਹੀਂ ਲਾਇਆ, ਦੋ ਦਿਨ ਲਾ ਲਿਆ, ਚਾਰ ਦਿਨ ਨਹੀਂ ਲਾਇਆ। ਇਹਨੂੰ ਰੈਗੂਲਰ ਯੂਜ਼ ਕਰੋ, ਕਿਉਂਕਿ ਕੋਈ ਵੀ ਚੀਜ਼ ਆ ਰੈਗੂਲਰ ਯੂਜ਼ ਕਰਨ 'ਤੇ ਹੀ ਰਿਜ਼ਲਟ ਮਿਲਦੀ ਆ, ਸੋਰੀ ਰਿਜ਼ਲਟ ਦਿੰਦੀ ਆ। ਅਤੇ ਰਿਜ਼ਲਟ ਡਿਪੈਂਡ ਕਰਦਾ ਹੁਣ ਕੰਡੀਸ਼ਨ, ਕਿਸੇ ਕਿਸੇ ਨੂੰ 1-2 ਦਿਨਾਂ 'ਚ ਵੀ ਰਿਜ਼ਲਟ ਮਿਲ ਜਾਂਦਾ ਹੈ, ਜੀ ਹਾਂ 1-2 ਦਿਨਾਂ 'ਚ ਵੀ, ਕਿਸੇ ਨੂੰ ਹਫ਼ਤੇ 'ਚ, ਕਿਸੇ ਨੂੰ ਮਹੀਨੇ ਨੂੰ, ਕਿਸੇ ਨੂੰ 4 ਮਹੀਨਿਆਂ 'ਚ, ਡਿਪੈਂਡ ਕਰਦੀ ਕੰਡੀਸ਼ਨ ਕਿਵੇਂ ਦੀ ਹੈ, ਅਤੇ ਉਸ ਹਿਸਾਬ ਨਾਲ ਹੀ ਇਹਦਾ ਰਿਜ਼ਲਟ ਮਿਲਦਾ। ਅਤੇ ਬਾਕੀ ਤੁਸੀਂ ਆਪਣਾ ਇੰਸਟਾਗ੍ਰਾਮ ਪੇਜ ਖੋਲ੍ਹ ਕੇ ਚੈੱਕ ਕਰ ਸਕਦੇ ਹੋ, ਉੱਥੇ ਮੈਂ ਰਿਜ਼ਲਟ ਅਪਡੇਟ ਕਰਦਾ ਰਹਿੰਦਾ। ਅਤੇ ਸੋ ਧੰਨਵਾਦ ਜੀ।